ਕਿੰਨਾ ਹੀ ਲੀਕ ਕਰ ਲਿਓ, ਕਿੰਨਾ ਹੀ ਵੀਕ ਕਰ ਲਿਓ, ਓਏ ਮੂਸੇਆਲਾ ਪੁੱਤ ਇਹ ਤਾਂ ਓਨਾ ਹੀ ਜਲੂ। ਮਹੀਨੇ ਦਾ ਨੌਵਾਂ ਗਾਣਾ ਬਾਈ ਇਹ ਜਿਹੜਾ ਲੀਕ ਹੋਇਆ, ਪਤਾ ਨੀ ਸਾਰੇ ਹੱਥ ਧੋ ਕੇ ਪੈ ਗਏ ਮਗਰ, ਪਤਾ ਨੀ ਕੌਣ ਆ ਯਾਰ ਕੌਣ। ਹੁੱਕ ਦੇ ਦੇਖ ਕੇ ਦੁਨੀਆਦਾਰੀ ਨੂੰ, ਕਦੇ ਦੇਖ ਕੇ ਦੁਨੀਆਦਾਰੀ ਨੂੰ ਸਾਲਾ ਹਰ ਖਜਾਇਆ ਜਾਂਦਾ। ਹੁੱਕ ਦੇ ਤੇਰੇ ਵਾਂਗੂ ਮਾਂ ਮੇਰੀਏ ਮੈਨੂੰ ਤਰਸ ਜਾਇਆ ਜਾਂਦਾ। ਇੰਨੀ ਕੁ ਗੱਲ ਜ਼ਰੂਰ ਆ ਵੀ ਜੇ ਤੁਹਾਨੂੰ ਇਹ ਉਹਨਾਂ ਨੂੰ ਇਹ ਕੋਈ ਕਿਸੇ ਨੂੰ ਕੋਈ ਚੱਕਰ ਹੈ ਵੀ ਜਾਂ ਕੋਈ ਲੀਕ ਕਰਕੇ ਕੋਈ ਗਾਣਾ ਕੋਈ ਬੰਦਾ ਫਲੋਪ ਕਰੂ, ਮੇਰਾ ਪਰਮਾਤਮਾ ਮੇਰੇ ਨਾਲ ਆ। ਅਤੇ ਇੰਨਾ ਕੁ ਚੱਕਰ ਮੈਨੂੰ ਹੈਗਾ ਵੀ ਜਿੰਨਾ ਕੁ ਮੈਨੂੰ ਹੁਣ ਤੱਕ ਲੈ ਕੇ ਆਇਆ ਤੱਕ, ਅਤੇ ਮੇਰੀ ਬਾਂਹ ਨਹੀਂ ਛੱਡਣੀ ਉਹਨੇ ਹਜੇ ਵੀ। ਫਿਰ ਲੈਣਾ ਦੇਣਾ ਥੋੜ੍ਹੀ ਆ, ਕੋਈ ਮਸਲਾ ਨਾ ਗਾਣਿਆਂ ਦੀ ਕਮੀ ਆ, ਨਾ ਟਾਈਮ ਦੀ ਕਮੀ ਆ, ਨਾ ਚਪੇੜਾਂ ਦੀ ਕਮੀ ਆ, ਹਨਾ। ਪਤਾ ਨਹੀਂ ਕਿਹਨੇ ਕੀਤਾ ਕਿਹਨੇ ਨਹੀਂ ਕੀਤਾ, ਉਹ ਗਾਣਾ ਲੀਕ ਕਰਤਾ ਯਾਰ ਕਿਸੇ ਨੇ। ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਸਤਿ ਸ੍ਰੀ ਅਕਾਲ। ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਹ ਸਿੰਗਰ ਹੈ ਜਿਨ੍ਹਾਂ ਦੇ ਹੁਣ ਤੱਕ ਰਿਲੀਜ਼ ਨਾਲੋਂ ਵੱਧ ਗਾਣੇ ਲੀਕ ਹੋ ਚੁੱਕੇ ਹਨ, ਅਤੇ ਹੁਣ ਸਿੱਧੂ ਮੂਸੇਵਾਲੇ ਦੇ ਲੀਕ ਹੋਏ ਗਾਣਿਆਂ 'ਤੇ ਵੀ ਇੱਕ ਨਵੀਂ ਚਰਚਾ ਛਿੜ ਗਈ ਹੈ, ਕਿਉਂਕਿ ਕੁਝ ਦਾ ਕਹਿਣਾ ਕਿ ਸਿੱਧੂ ਮੂਸੇਵਾਲਾ ਆਪਣੇ ਗਾਣੇ ਲੀਕ ਆਪ ਹੀ ਕਰਦਾ ਹੈ, ਉੱਥੇ ਦੂਜੇ ਪਾਸੇ ਲੋਕਾਂ ਦਾ ਕਹਿਣਾ ਕਿ ਕਦੇ ਵੀ ਕੋਈ ਕਿਸਾਨ ਆਪਣੀ ਫਸਲ ਆਪ ਚੋਰਾਂ ਹਵਾਲੇ ਨਹੀਂ ਕਰਦਾ, ਕਿਉਂਕਿ ਇੱਕ ਕਲਾਕਾਰ ਦੇ ਲਈ ਉਹਦਾ ਗਾਣਾ ਵੀ ਉਸ ਫਸਲ ਉਸ ਪੁੱਤਾਂ ਵਾਂਗ ਹੁੰਦਾ ਜਿਹਨੂੰ ਉਹ ਬਹੁਤ ਹੀ ਰੀਝ ਦੇ ਨਾਲ ਤਿਆਰ ਕਰਦਾ। ਬਾਕੀ ਦੋਸਤੋ ਹੁਣ ਸਿੱਧੂ ਮੂਸੇਵਾਲੇ ਦੀਆਂ ਉਹ ਪੁਰਾਣੀਆਂ ਸਾਰੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਪਣੇ ਹੁਣ ਤੱਕ ਲੀਕ ਹੋਏ ਗਾਣਿਆਂ ਬਾਰੇ ਦੱਸਿਆ। ਬਾਕੀ ਤੁਹਾਡਾ ਇਸ ਸਾਰੇ ਮਸਲੇ ਬਾਰੇ ਕੀ ਸੋਚਣਾ, ਤੁਹਾਨੂੰ ਕੀ ਲੱਗਦਾ ਹੈ ਗਾਣੇ ਕਿਸ ਤਰ੍ਹਾਂ ਲੀਕ ਹੁੰਦੇ ਨੇ, ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ, ਅਤੇ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਦੀ ਸਪੋਰਟ ਦੇ ਵਿੱਚ ਹੋ ਤਾਂ ਕਮੈਂਟਾਂ ਦੇ ਵਿੱਚ ਵੀ ਸਪੋਰਟ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਕੇ ਜਾਇਓ, ਅਤੇ ਨਾਲ ਹੀ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈਲ ਜ਼ਰੂਰ ਔਨ ਕਰ ਲੈਣਾ, ਕਿਉਂਕਿ ਇੰਡਸਟਰੀ ਦੀ ਹਰ ਤੇਜ਼ ਖਬਰ ਸਭ ਤੋਂ ਪਹਿਲਾਂ ਤੁਹਾਨੂੰ ਲਿਮਿਟਡ ਗਾਰੰਟੀ ਮਿਲਦੀ ਹੈ। ਸੋ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਸਿੱਧੂ ਮੂਸੇਵਾਲੇ ਦੀ ਇਹਨਾਂ ਵੀਡੀਓਜ਼ ਵੱਲ। ਮਹੀਨੇ ਦਾ ਨੌਵਾਂ ਗਾਣਾ ਬਾਈ ਇਹ ਜਿਹੜਾ ਲੀਕ ਹੋਇਆ, ਪਤਾ ਨਹੀਂ ਸਾਰੇ ਹੱਥ ਧੋ ਕੇ ਪੈ ਗਏ ਮਗਰ, ਪਤਾ ਨਹੀਂ ਕੌਣ ਆ ਯਾਰ ਕੌਣ ਨਹੀਂ। ਪਤਾ ਨਹੀਂ ਕਿਹਨੇ ਕੀਤਾ ਕਿਹਨੇ ਨਹੀਂ ਕੀਤਾ, ਉਹ ਗਾਣਾ ਲੀਕ ਕਰਤਾ ਯਾਰ ਕਿਸੇ ਨੇ। ਗਾਣੇ ਗੁਣੇ ਲੀਕ ਲੂਕ ਮੈਨੂੰ ਪਤਾ ਇੱਧਰੋਂ ਉੱਧਰੋਂ, ਲੋਕ ਮੈਂ ਹੁਣ ਕਹਿਣਾ ਨਹੀਂ ਚਾਹੁੰਦੇ ਕਿਸੇ ਵੀ ਚੀਜ਼ ਬਾਰੇ। ਲੀਕ ਕਰ ਵੀ ਦਿਓਗੇ ਹੁਣ ਤਾਂ ਵੀ ਕੋਈ ਚੱਕਰ ਨਹੀਂ ਬਾਈ, ਆਪਣਾ ਕੱਲ੍ਹ ਪਰਸੋਂ ਗਾਣਾ ਲੀਕ ਹੋਇਆ ਗਾਣਾ। ਨਹੀਂ ਜੀ, ਜਿਹੜੇ ਗਾਣੇ ਲੀਕ ਵੀ ਹੋਏ ਨੇ ਤੁਸੀਂ ਉਹਨਾਂ ਨੂੰ ਪਿਆਰ ਦਿਓ, ਸਾਰੇ ਤੁਹਾਡੇ ਲਈ ਗਾਣੇ ਬਣਾਏ ਨੇ ਵੀਰੇ, ਘਰ ਰੱਖਣ ਨੂੰ ਤਾਂ ਆਪਾਂ ਗਾਣੇ ਬਣਾਏ ਨਹੀਂ ਹੈਗੇ। ਮੇਰਾ ਗਾਣਾ ਇੱਕ ਅਨਰਲੀਜ਼ ਲੀਕ ਹੋਇਆ ਹੈ ਨਾ, ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਬਾਈ, ਊਂ ਤਾਂ ਮੈਂ ਇੰਨਾ ਸਿਆਣਾ ਹੈ ਨਹੀਂ ਮੈਂ ਕਿਸੇ ਨੂੰ ਸਲਾਹ ਦੇ ਸਕਾਂ। ਇੱਕ ਖਲੌੜੀਆਂ ਨਹੀਂ ਹੁੰਦੀਆਂ, ਖਲੌੜੀਆਂ ਜਿਹੜੇ ਬਾਈ ਕਿਸੇ ਦੇ ਯਾਨੀ ਕਿ ਅਪਾਹਜ ਹੁੰਦੇ ਨੇ ਉਹ ਕੀ ਕਰਦੇ ਨੇ, ਉਹ ਖਲੌੜੀਆਂ 'ਤੇ ਲੈ ਕੇ ਨਾ ਯਾਨੀ ਕਿ ਤੁਰਨ ਦੀ ਕੋਸ਼ਿਸ਼ ਕਰਦੇ ਨੇ, ਠੀਕ ਹੈ ਨਾ। ਇਹ ਹੁਣ ਉਹ ਖਲੌੜੀਆਂ ਵਾਲਾ ਕੰਮ ਹੋਇਆ ਪਿਆ, ਚੱਲ ਜਿਹਦੇ ਕੋਲ ਤਾਂ ਨਹੀਂ ਹੁੰਦਾ ਯਾਰ ਉਹ ਤਾਂ ਚੱਲ ਕਰੇ ਬਾਈ, ਜਿਹਦੇ ਕੋਲ ਕੁਛ ਆਪਣਾ ਨਹੀਂ ਹੁੰਦਾ, ਕਿੰਨਾ ਕੁ ਚਿਰ ਕਿਸੇ ਦੇ ਸਿਰ 'ਤੇ ਉੱਡੀ ਜਾਵਾਂਗੇ ਆਪਾਂ। ਐਟ ਦੀ ਐਂਡ ਤਾਂ ਵੀਰੇ ਆਪਣੇ ਆਪਣੇ ਜਿਹੜੇ ਦਸਾਂ ਨੌਹਾਂ ਦੀ ਕਮਾਈ ਕਰਕੇ ਹੀ ਖਾਣਾ ਪੈਣਾ ਆਪਾਂ ਨੂੰ, ਠੀਕ ਹੈ ਨਾ। ਨਿਕਲਾਂਗੇ ਤਾਂ ਆਪਣੇ ਦਮ 'ਤੇ ਨਿਕਲਦਾ ਬੰਦਾ, ਕੋਈ ਕਿੰਨਾ ਕੁ ਚਿਰ ਕਿਸੇ ਦੇ ਸਹਾਰੇ ਲੈ ਕੇ ਕਾਮਯਾਬ ਹੋਊਗਾ, ਮੈਂ ਤਾਂ ਕੋਈ ਦੇਖਿਆ ਨਹੀਂ ਬਾਈ ਹਜੇ ਤੱਕ। ਅਤੇ ਬਾਕੀ ਬਾਈ ਇੰਨੀ ਕੁ ਗੱਲ ਆ ਗਈ, ਠੀਕ ਹੈ, ਜ਼ਿਮੀਂਦਾਰੀ ਟੱਬਰ 'ਚੋਂ ਆ, ਅਤੇ ਇਹੀ ਸਿਖਾਇਆ ਕਰਦੇ ਨੇ ਵੀ ਮਿਹਨਤ ਕਰਕੇ ਜਿੰਨਾ ਹੁਣ ਤੱਕ ਬਣਾਇਆ ਬਾਈ, ਜੋ ਵੀ ਤੁਸੀਂ ਦਿੱਤਾ, ਜੋ ਵੀ ਮੈਨੂੰ ਇਹ ਲੱਗਦਾ ਵੀ ਜਿੰਨੀ ਕੁ ਮੈਂ ਮਿਹਨਤ ਕੀਤੀ ਅਤੇ ਜਿੰਨੀ ਕੁ ਤੁਸੀਂ ਸਪੋਰਟ ਕੀਤੀ ਸਾਰੇ ਉਸੇ ਕਰਕੇ ਹੀ ਆ।